ਰਾਤ ਦਾਤਾ ਸਾਹਿਬ ਕੋਲ ਗਏ, ਚੱਕ ਕੇ ਸਲਾਮ ਪੇਸ਼ ਕੀਤਾ, ਆਪ ਦੇ ਦੋ ਯਾਰਾਂ ਨੇ ਸਲਾਮ ਪੇਸ਼ ਕੀਤਾ। ਹਜ਼ਰਤ ਜੀ ਵਕਾਰ ਦਾਤਾ ਸਾਹਿਬ ਨੂੰ ਅੱਲਾ ਦੇ ਵਲੀ ਫਰਮਾਨ ਲਗੇ, ਕਹਿਣ ਲੱਗੇ ਅਲੀ ਹਜਵੇਰੀ, ਓ ਸਜਣਾ ਜੋ ਦਿਲ ਵਿੱਚ ਸੋਚ ਕੇ ਆਇਆ ਵੇ ਇੱਥੇ ਹੀ ਦੱਸਦਾ, ਜਾਂ ਕੁਝ ਖਾ ਪੀ ਕੇ ਦੱਸਿਆਗਾ। ਫਰਮਾਨ ਲੱਗੇ, ਹਜ਼ੂਰ ਸਾਨੂੰ ਇੱਥੇ ਹੀ ਦੱਸ ਦੋ। ਹਜ਼ਰਤ ਅੱਲਾ ਦੇ ਵਲੀ ਕਹਿਣ ਲੱਗੇ, ਅਲੀ ਹਜਵੇਰੀ, ਤੂੰ ਜਿੱਦੂ ਚੱਲਣ ਲਗਾ ਸੈ ਦਿਲ ਵਿੱਚ ਸੋਚਿਆ ਸੀ ਮੈਨੂੰ ਸ਼ੇਰ ਨਹੀਂ ਆਉਂਦੇ, ਮੈਂ ਜਾ ਕੇ ਸ਼ੇਰ ਪੁੱਛਾਂਗਾ। ਅਲੀ ਹਜਵੇਰੀ ਸੁਣ ਲੈ, ਜਦੋਂ ਤੂੰ ਦਿਲ ਵਿੱਚ ਸੋਚਿਆ ਸੀ ਅਸੀਂ ਉਦੋਂ ਹੀ ਲਿਖਣਾ ਸ਼ੁਰੂ ਕਰ ਦਿੱਤੇ ਸਨ, ਜਾਂਦਿਆਂ ਤੈਨੂੰ ਦੇ ਦਵਾਂਗੇ। ਹਜ਼ਰਤ ਦਾਤਾ ਸਾਹਿਬ ਕਹਿੰਦੇ ਨੇ ਮੇਰੇ ਦਿਲ ਦੀ ਆਸ ਪੂਰੀ ਹੋ ਗਈ, ਦੂਜੇ ਯਾਰ ਵੱਲ ਤਵੱਜੋ ਕੀਤੀ, ਉਹਦੇ ਵੱਲ ਨੂੰ ਮੂੰਹ ਕਰਕੇ ਕਹਿੰਦੇ ਨੇ ਉਹ ਬੇਲੀਆ ਤੂੰ ਕੀ ਸੋਚਿਆ ਸੀ ਮੇਰੇ ਪੇਟ ਅੰਦਰ ਦਰਦ ਦੇ। ਕਹਿੰਦਾ ਜੀ ਹਜ਼ੂਰ ਮੈਂ ਤੇ ਹੀ ਸੋਚਿਆ ਸੀ। ਫਰਮਾਇਆ ਉਰਾ ਕਰ ਪੇਟ, ਉਰਾ ਮੇਰੇ ਨੇੜੇ ਆ ਜਾ। ਹਜ਼ਰਤ ਇੰਜ ਕਰਕੇ ਉਹਦੇ ਪੇਟ ਤੇ ਹੱਥ ਫੇਰਿਆ, ਰੱਬੇ ਕਾਬਾ ਦੀ ਕਸਮ ਏ ਇਧਰ ਹੱਥ ਫਿਰਦਾ ਜਾ ਰਿਹਾ ਵੇ ਉਧਰ ਦਰਦ ਮੁੱਕਦੀ ਜਾ ਰਹੀ ਏ। ਤੀਜੇ ਵੱਲ ਤਵੱਜੋ ਕੀਤੀ, ਆਂਦਣੇ ਬੇਲੀਆ ਤੂੰ ਕੀ ਆਖਿਆ ਸੀ ਮੈਂ ਹਲਵਾ ਖਾਣਾ ਏ। ਉਹ ਬੇਲੀਆ ਗੱਲ ਯਾਦ ਰੱਖ ਲੈ, ਯਾ ਤੇ ਸੂਫੀਆਂ ਵਾਲਾ ਲਿਬਾਸ ਲਾ ਦੇ ਜਾਂ ਚੌਧਰੀਆਂ ਵਾਲਾ ਸ਼ੌਕ ਮੁਕਾ। ਅੱਜ ਦਾ ਮੇਰਾ ਮੌਜੂ ਹਜ਼ਰਤ ਪੀਰਾਨ ਪੀਰ ਸੁਲਤਾਨੁਲ ਔਲੀਆ, ਜਿਨ੍ਹਾਂ ਦਾ ਨਾਮੇ ਨਾਮੀ ਇਸਮੇ ਗ੍ਰਾਮੀ ਹੈ ਅਲੀ। ਉੱਚੀ ਫਰਮਾਓ ਸੁਭਾਨ ਅੱਲਾ। ਮਾਂ ਨੇ ਨਾਂ ਰੱਖਿਆ ਅਲੀ ਤੇ ਵਾਲਦ ਦਾ ਨਾਂ ਹੈ ਉਸਮਾਨ, ਤੇ ਅੱਗੋਂ ਹਜ਼ਰਤ ਉਸਮਾਨ ਰਹਿਮਤੁੱਲਾਹੀ ਤਾਲਾ ਲੇ ਤੇ ਵਾਲਦ ਦਾ ਨਾਮ ਹੈ ਅਲੀ। ਇੰਜ ਕਹਿ ਲਓ ਅਲੀ ਬਿਨ ਉਸਮਾਨ ਬਿਨ ਅਲੀ। ਇੱਧਰ ਵੀ ਅਲੀ ਤੇ ਇੱਧਰ ਵੀ ਅਲੀ ਤੇ ਵਿੱਚ ਉਸਮਾਨ। ਉਹ ਦੱਸ ਦਿੱਤਾ ਖਾਲੀ ਅਲੀ ਅਲੀ ਕਰਨ ਨਾਲ ਨਹੀਂ, ਜਿਹੜਾ ਸਿਆਬਾਂ ਨੂੰ ਮੰਨੇਗਾ ਨਾ ਵਿੱਚ ਸਿਆਬਾਂ ਨੂੰ ਰੱਖੇਗਾ ਤੇ ਬੇੜਾ ਉਹਦਾ ਹੀ ਪਾਰ ਹੋਵੇਗਾ। ਤੋ ਜੋ ਹੈ ਅਗਰ ਮੈਂ ਇਸ ਪਾਸੇ ਜਾਵਾਂ ਤਾਂ ਬਾਤ ਬੜੀ ਲੰਬੀ ਹੋ ਜਾਏਗੀ। ਫਰਮਾਇਆ ਜਿਹੜਾ ਸਾਡਾ ਹੋ ਜਾਵੇ ਅਸੀਂ ਉਹਦੇ ਹੋ ਜਾਂਦੇ ਹਾਂ, ਤੇ ਜਿਸ ਹਸਤੀ ਦਾ ਜ਼ਿਕਰ ਮੈਂ ਕਰਨਾ ਉਹਨੂੰ ਦੁਨੀਆ ਉਰਫੇ ਆਮ ਦੇ ਅੰਦਰ ਜਿਨ੍ਹਾਂ ਦਾ ਲਕਬ ਹੈ ਦਾਤਾ ਅਲੀ ਹਜਵੇਰੀ। ਦਾਤਾ ਹਜ਼ੂਰ ਦਾ ਜ਼ਿਕਰ ਇਨਸ਼ਾਅੱਲਾ ਅੱਜ ਚੰਦ ਗੱਲਾਂ ਗੋਸ਼ ਗੁਜ਼ਾਰ ਕਰਨੀਆਂ ਨੇ। ਹਜ਼ਰਤ ਅਬੂ ਹੁਰੈਰਾ ਰਜ਼ੀ ਅੱਲਾਹ ਤਾਲਾ ਨੂੰ ਰਵਾਇਤ ਕਰਦੇ ਨੇ ਕਿ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਕੋਲ ਇੱਕ ਦਿਨ ਜਬਰੀਲ ਆਏ ਤੇ ਜਬਰੀਲ ਅਲੈਹਿ ਸਲਾਤੁ ਸਲਾਮ ਨੇ ਅਰਜ਼ ਕੀਤੀ, ਯਾ ਰਸੂਲ ਅੱਲਾਹ, ਜਦੋਂ ਬੰਦਾ ਅੱਲਾਹ ਦਾ ਹੋ ਜਾਂਦਾ ਨਾ ਤੇ ਅੱਲਾਹ ਹੁਕਮ ਫਰਮਾਉਂਦਾ ਜਬਰੀਲ ਮੈਨੂੰ ਨਾ ਉਹ ਫਲਾਂ ਬੰਦੇ ਨਾਲ ਪਿਆਰ ਹੋ ਗਿਆ,
ਤਾਂ ਹਜ਼ੂਰ ਫਰਮਾਉਂਦੇ ਜਬਰੀਲ ਫਿਰ ਅਰਜ਼ ਕੀਤੀ ਯਾ ਰਸੂਲ ਅੱਲਾ ਜਦੋਂ ਅੱਲਾ ਨੂੰ ਬੰਦੇ ਨਾਲ ਪਿਆਰ ਹੋ ਜਾਂਦਾ ਨਾ ਤੇ ਅੱਲਾ ਫਰਮਾਉਂਦਾ ਜਬਰੀਲ ਜਿਹਦੇ ਨਾਲ ਮੈਂ ਪਿਆਰ ਕਰਨਾ ਤੂੰ ਕਿਉਂ ਨਹੀਂ ਕਰਦਾ ਤੂੰ ਵੀ ਤਾਂ ਪਿਆਰ ਕਰਨਾ ਤੇ ਯਾ ਰਸੂਲ ਅੱਲਾ ਸੱਲ ਅਲ ਸਲਮ ਫਿਰ ਮੈਂ ਵੀ ਜਬਰੀਲ ਫਰਿਸ਼ਤਿਆਂ ਦਾ ਸਰਦਾਰ ਉਸ ਬੰਦੇ ਨਾਲ ਪਿਆਰ ਕਰਨਾ ਨਬੀ ਪਾਕ ਸੱਲਮ ਨੇ ਇਰਸ਼ਾਦ ਫਰਮਾਇਆ ਜਬਰੀਲ ਫਿਰ ਅਰਜ਼ ਕੀਤੀ ਆਕਾ ਜਦੋਂ ਮੈਂ ਪਿਆਰ ਕਰਨਾ ਤੇ ਅੱਲਾ ਫਰਮਾਉਂਦਾ ਤੂੰ ਇਕੱਲਾ ਨਾ ਕਰ ਅੱਜ ਜਿੰਨੇ ਅਰਸ਼ ਫਰਸ਼ ਦੇ ਫਰਿਸ਼ਤੇ ਨੇ ਸਾਰਿਆਂ ਨੂੰ ਨਿਦਾ ਕਰਦੇ ਜਿਹਦੇ ਨਾਲ ਅੱਲਾ ਪਿਆਰ ਕਰਦਾ ਜਿਹਦੇ ਨਾਲ ਜਬਰੀਲ ਕਰਦਾ ਤੁਸੀਂ ਕਿਉਂ ਨਹੀਂ ਕਰਦੇ ਤੁਸੀਂ ਵੀ ਉਸ ਬੰਦੇ ਨਾਲ ਪਿਆਰ ਕਰੋ ਫਿਰ ਜਿੰਨੇ ਜ਼ਮੀਨ ਆਸਮਾਨ ਦੇ ਫਰਿਸ਼ਤੇ ਨੇ ਸਾਰੇ ਉਸ ਬੰਦੇ ਨਾਲ ਪਿਆਰ ਕਰਦੇ ਨੇ ਔਰ ਜਦੋਂ ਪਿਆਰ ਕਰਦੇ ਨੇ ਅੱਲਾ ਫਰਮਾਉਂਦਾ ਖਾਲੀ ਫਰਿਸ਼ਤੇ ਕਿਉਂ ਪਿਆਰ ਕਰਦੇ ਨੇ ਜਿਹਦੇ ਨਾਲ ਮੈਂ ਪਿਆਰ ਕਰਨਾ ਜਿਹਦੇ ਨਾਲ ਜਬਰੀਲ ਪਿਆਰ ਕਰਦਾ ਜਿਹਦੇ ਨਾਲ ਅੱਗ ਬੁਝਾਉਣ ਵਾਲੇ ਜੰਨਤ ਦਾ ਦਰਵਾਜ਼ਾ ਖੋਲ੍ਹਣ ਵਾਲੇ ਔਰ ਬਾਰਿਸ਼ ਪਾਉਣ ਵਾਲੇ ਜਿਹਦੀ ਜਿੱਥੇ ਜਿੱਥੇ ਡਿਊਟੀ ਲੱਗੀ ਹੈ ਹਰ ਫਰਿਸ਼ਤਾ ਉਸ ਬੰਦੇ ਨਾਲ ਪਿਆਰ ਕਰਦਾ ਜਬਰੀਲ ਇੰਝ ਕਰ ਹੁਣ ਚੰਦ ਫਰਿਸ਼ਤਿਆਂ ਦੀ ਡਿਊਟੀ ਲਾ ਦੇ ਉਹਨਾਂ ਨੂੰ ਦੁਨੀਆਂ 'ਤੇ ਭੇਜ ਦੇ ਹਰ ਬੰਦੇ ਦੇ ਦਿਲ 'ਚ ਮੇਰੇ ਉਸ ਯਾਰ ਦੀ ਮੁਹੱਬਤ ਪਾ ਕੇ ਆ ਜਾ ਐਵੇਂ ਤਾਂ ਨਹੀਂ ਨਾ ਦਾਤਾ ਦਾਤਾ ਹੁੰਦਾ ਐਵੇਂ ਤਾਂ ਨਹੀਂ ਨਾ ਹਰ ਬੱਚਾ ਬੱਚਾ ਕਹਿੰਦਾ ਮੈਂ ਦਾਤਾ ਸਾਹਿਬ ਜਾਣਾ ਮੈਂ ਦਾਤਾ ਸਾਹਿਬ ਜਾਣਾ ਅੱਲਾਹੁ ਅਕਬਰ ਕਬੀਰਾ ਦਾਤਾ ਅਲੀ ਅਜਵੇਰੀ ਆਪ ਹਸਨੀ ਸੱਯਦ ਨੇ 10 ਵਾਸਤਿਆਂ ਦੇ ਨਾਲ ਆਪ ਦਾ ਜਿਹੜਾ ਨਸਬ ਹਜ਼ਰਤ ਹਸਨ ਪਾਕ ਨਾਲ ਮਿਲਦਾ ਹਸਨੀ ਸੱਯਦ ਆਪ ਦੇ ਜਿਹੜੇ ਪੀਰੋ ਮੁਰਸ਼ਦ ਸਨ ਹਜ਼ਰਤ ਅਬੂ ਫਜ਼ਲ ਖੁਤਲੀ ਰਹਿਮਤੁਲਾਹੀ ਤਾਲਾ ਲੇ ਆਪ ਦੇ ਪੀਰੋ ਮੁਰਸ਼ਦ ਹਨ ਉਹ ਵੀ ਤੇ ਬੰਦਾ ਹੀ ਹੋਵੇਗਾ ਨਾ ਜਿਹੜਾ ਦਾਤਾ ਦਾ ਪੀਰ ਹੋਵੇਗਾ ਹੈ ਅਗਰ ਮੈਂ ਆਪ ਦੇ ਪੀਰ ਉੱਤੇ ਜਿਹੜਾ ਨਾ ਪੀਰੋ ਮੁਰਸ਼ਦ ਤੇ ਜੁਮਾ ਪੜਾਵਾਂ ਤੇ ਕਈ ਜੁਮੇ ਦਰਕਾਰ ਨੇ ਲੇਕਿਨ ਛੋਟੀ ਜਿਹੀ ਗੱਲ ਕਰਕੇ ਮੈਂ ਦਾਤਾ ਸਾਹਿਬ ਦੀ ਸ਼ਾਨ ਬਿਆਨ ਕਰਨੀ ਹੈ ਆਪ ਮੁਰਸ਼ਦ ਕਰੀਮ ਨਾਲ ਜਾ ਰਹੇ ਨੇ ਕਿਸੇ ਸਫ਼ਰ ਦੇ ਉੱਤੇ ਅਤੇ ਬਾਰਿਸ਼ ਸ਼ੁਰੂ ਹੋ ਗਈ ਅਤੇ ਦਾਤਾ ਸਾਹਿਬ ਰਹਿਮਤੁੱਲਾਹੀ ਤਾਲਾ ਫਰਮਾਉਂਦੇ ਨੇ ਮੇਰੇ ਨਾਲ ਹੋਰ ਵੀ ਪੀਰ ਭਾਈ ਨੇ ਅਤੇ ਬਾਰਿਸ਼ ਸ਼ੁਰੂ ਹੋ ਗਈ ਅਤੇ ਸਾਡੇ ਕੱਪੜੇ ਅਤੇ ਉਸ ਟਾਈਮ ਲੱਕੜੀ ਦੀ ਜਿਹੜੀ ਹੈ ਨਾ ਜੁੱਤੀ ਹੁੰਦੀ ਸੀ ਅਤੇ ਫਰਮਾਉਂਦੇ ਸਾਡੀਆਂ ਜੁੱਤੀਆਂ ਨਾਲ ਚਿੱਕੜ ਉਛਲ ਉਛਲ ਕੇ ਕੱਪੜਿਆਂ 'ਤੇ ਪਵੇ ਅਤੇ ਕੱਪੜੇ ਖਰਾਬ ਹੋ ਗਏ ਚਿੱਕੜ ਨਾਲ ਅਤੇ ਦਾਤਾ ਸਾਹਿਬ ਫਰਮਾਉਂਦੇ ਨੇ ਮੈਂ ਜਦੋਂ ਨਜ਼ਰ ਮਾਰੀ ਨਾ ਆਪਣੇ ਪੀਰ ਵੱਲ ਅਤੇ ਨਾ ਜੁੱਤੀ ਨੂੰ ਚਿੱਕੜ ਲੱਗਾ ਅਤੇ ਨਾ ਕੱਪੜੇ ਖਰਾਬ ਹੋਏ ਨੇ ਅਤੇ ਬਾਕੀ ਸਾਰਿਆਂ ਦੇ ਕੱਪੜੇ ਵੀ ਖਰਾਬ ਅਤੇ ਜੁੱਤੀ ਨਾਲ ਚਿੱਕੜ ਵੀ ਉੱਡ ਉੱਡ ਕੱਪੜਿਆਂ ਨੂੰ ਪਵੇ ਦਾਤਾ ਸਾਹਿਬ ਫਰਮਾਉਂਦੇ ਨੇ ਮੈਂ ਨਾ ਬੜੇ ਅਦਬ ਦੇ ਨਾਲ ਅੱਗੇ ਹੋ ਕੇ ਆਖਿਆ ਸਰਕਾਰ ਬਾਰਿਸ਼ ਵੀ ਇਕੱਠੀ ਏ ਚਿੱਕੜ ਵੀ ਇਕੱਠਾ ਅਤੇ ਅਸੀਂ ਵੀ ਇਕੱਠੇ ਹਾਂ ਅਤੇ ਸੋਹਣਿਆ ਸਾਡੇ 'ਤੇ ਚਿੱਕੜ ਪਈ ਜਾਂਦਾ ਅਤੇ ਕੱਪੜੇ ਵੀ ਖਰਾਬ ਅਤੇ ਤੁਹਾਡੇ 'ਤੇ ਨਾ ਜੁੱਤੀ 'ਤੇ ਚਿੱਕੜ ਪਿਆ ਨਾ ਕੱਪੜਿਆਂ 'ਤੇ ਪਿਆ ਅਤੇ ਅੱਗੋਂ ਪੀਰੋ ਮੁਰਸ਼ਦ ਅਬੂ ਫਜ਼ਲ ਖੁਤਲੀ ਰਹਿਮਤੁੱਲਾਹ ਤਾਲਾ ਲਈ ਮੁਸਕੁਰਾ ਕੇ ਫਰਮਾਨ ਲੱਗੀ ਅਲੀਏ ਜਵੇਰੀ ਜਿੱਦੂ ਦਾ ਮੈਂ ਆਪਣੇ ਆਪ ਨੂੰ ਮਾਰ ਲਿਆ ਨਾ ਉਹਨੇ ਚਿੱਕੜਾਂ ਛਿੱਕੜਾਂ ਤੋਂ ਪਾਕ ਕਰ ਦਿੱਤਾ ਹੈ ਜਿੱਦੂ ਦਾ ਮੈਂ ਆਪਣੇ ਆਪ ਨੂੰ ਮਾਰ ਲਿਆ ਉਹਨੇ ਚਿੱਕੜਾਂ ਤੋਂ ਪਾਕ ਕਰ ਦਿੱਤਾ ਹੈ ਹਜ਼ਰਤ ਜੀ ਵਕਾਰ ਕੌਣ ਦਾਤਾ ਅਲੀ ਅਜਵੇਰੀ ਰਹਿਮਤੁੱਲਾਹ ਤਾਲਾ ਲਈ ਆਪ ਨੇ ਕਿਤਾਬ ਲਿਖੀ ਹੈ ਫਾਰਸੀ ਦੇ ਅੰਦਰ ਕਸ਼ਫੁਲ ਮਹਜੂਬ ਬੜੀ ਪਾਏ ਦੀ ਕਿਤਾਬ ਹੈ ਅਗਰ ਕੋਈ ਇਸਦਾ ਮੁਤਾਲਿਆ ਕਰੇ
ਤੇ ਉਲਾਮਾ ਫਰਮਾਉਂਦੇ ਨੇ ਕਿ ਅਗਰ ਕੋਈ ਪੂਰੀ ਇਸ ਕਿਤਾਬ ਦਾ ਮੁਤਾਲਿਆ ਕਰਕੇ ਅਮਲ ਕਰ ਲਵੇ ਤੇ ਅੱਧਾ ਵਲੀ ਬਣ ਜਾਂਦਾ। ਇਤਨੀ ਪਾਏ ਦੀ ਕਿਤਾਬ ਹੈ ਉਹ। ਉਸ ਦੇ ਅੰਦਰ ਆਪਨੇ ਆਪਣੇ ਇਬਤਦਾਈ ਜਿਹੜੇ ਹਾਲਾਤ ਨੇ ਉਹ ਲਿਖੇ ਨੇ। ਦਾਤਾ ਸਾਹਿਬ ਦੀ ਮੈਂ ਬਿਲਕੁਲ ਮੁਖਤਸਰ ਕਰਦਾ ਜਾ ਰਿਹਾ, ਵਕਤ ਥੋੜ੍ਹਾ। ਦਾਤਾ ਸਾਹਿਬ ਦੀ ਡਿਊਟੀ ਲੱਗ ਗਈ ਲਾਹੌਰ। ਲਾਹੌਰ ਆਉਣ ਤੋਂ ਪਹਿਲੇ ਦਾਤਾ ਸਾਹਿਬ ਰਹਿਮਤੁੱਲਾ ਤਾਲਾ ਲੇ ਆਪ ਇਲਮ ਵਾਸਤੇ ਬੜੀ ਬੜੀ ਜਗ੍ਹਾ 'ਤੇ ਇਲਮ ਹਾਸਿਲ ਕਰਨ ਵਾਸਤੇ ਗਏ। ਆਪ ਦੇ ਦੋ ਤਿੰਨ ਦੋਸਤ ਨਾਲ ਹੁੰਦੇ ਸਨ। ਇੱਕ ਦਿਨ ਆਪ ਨੂੰ ਰੱਬ ਦੇ ਦੋਸਤਾਂ ਨੂੰ ਪਤਾ ਚੱਲਿਆ ਕਿ ਸਾਡੇ ਪਿੰਡ ਦੇ ਨਾਲ ਵਾਲੇ ਪਿੰਡ ਵਿੱਚ ਜਿਹਦਾ ਨਾਂ ਹੈ ਰਮਲਾ, ਰਮਲਾ ਗਾਉਂ, ਉਸ ਪਿੰਡ 'ਚ ਇਕੱਲਾ ਦੇ ਵਲੀ ਆਏ ਨੇ ਅਤੇ ਬੜੇ ਹੀ ਸਾਹਬੇ ਕਮਾਲ ਅਤੇ ਸਾਹਬੇ ਕਰਾਮਤ ਨੇ, ਅਤੇ ਕਿਉਂ ਨਾ ਅਸੀਂ ਤਿੰਨੇ ਜਾ ਕੇ ਨਾਲੇ ਜ਼ਿਆਰਤ ਕਰਕੇ ਆਈਏ ਅਤੇ ਨਾਲੇ ਆਪਣੇ ਦਿਲ ਦਾ ਹਾਲ ਪੁੱਛ ਕੇ ਆਈਏ। ਅਤੇ ਕਹਿੰਦੇ ਨੇ ਅਸੀਂ ਤਿੰਨਾਂ ਸੱਜਣਾਂ ਨੇ ਸੋਚਿਆ ਕਿ ਉਂਝ ਅੱਲਾ ਦੇ ਵਲੀ ਨੂੰ ਅਜ਼ਮਾਈ ਦਾ ਨਹੀਂ, ਅਤੇ ਚਲੋ ਅੱਜ ਅਜ਼ਮਾ ਕੇ ਚੈੱਕ ਕਰ ਲੈਂਦੇ ਹਾਂ ਨਾ ਭਲਾ ਅੱਲਾ ਦਾ ਵਲੀ ਦਿਲ ਦੀਆਂ ਜਾਣਦਾ। ਅਤੇ ਇਸ ਬਾਰੇ ਤਾਂ ਮੀਆਂ ਸਾਹਿਬ ਨੇ ਵੀ ਬੜੀ ਸੋਹਣੀ ਤਰਜਮਾਨੀ ਕੀਤੀ ਸੀ ਨਾ, ਉੱਚੀ ਫਰਮਾਓ ਸੁਭਾਨ ਅੱਲਾ। ਮੀਆਂ ਸਾਹਿਬ ਫਰਮਾਉਂਦੇ ਨੇ ਜੇ ਰੱਬ ਦਿਲ ਦੀਆਂ, ਜੇ ਰੱਬ ਦਿਲ ਦੀਆਂ ਇਹ ਅੱਖੀਆਂ ਦੇਵੇ, ਚਾਨਣ ਹੋਵੇ ਨੂਰੋਂ ਬਲੀਆਂ ਨੂੰ ਹਰ ਸ਼ਾ ਨਜ਼ਰੀਆ ਆਵੇ, ਉਹ ਕਿਆ ਨੇੜੇ ਕਿਆ ਦੂਰੋਂ, ਬਲੀਆਂ ਨੂੰ ਹਰ ਸ਼ਾ ਨਜ਼ਰੀ ਆਵੇ ਕਿਆ ਨੇੜੇ ਕਿਆ ਦੂਰੋਂ। ਤਿੰਨਾਂ ਯਾਰਾਂ ਸੋਚ ਲਿਆ ਚਲੋ ਅੱਜ ਜ਼ਮਾਨੇ ਆ। ਦਾਤਾ ਸਾਹਿਬ ਕਹਿੰਦੇ ਨੇ ਮੈਂ ਦਿਲ 'ਚ ਸੋਚਿਆ, ਆਪਣੇ ਦਿਲ 'ਚ ਮੈਂ ਸੋਚਿਆ ਮੈਨੂੰ ਸ਼ੇਰ ਉਹ ਫਲਾਣੀ ਕਿਤਾਬ ਦੇ ਨਹੀਂ ਆਉਂਦੇ ਅਤੇ ਮੈਂ ਸ਼ੇਰ ਪੁੱਛਣ ਜਾਂਦਾ। ਆਪ ਦੇ ਦੂਸਰੇ ਸੰਗੀ ਸਨ, ਉਹਨਾਂ ਦਿਲ 'ਚ ਸੋਚਿਆ ਕਿ ਮੇਰੇ ਪੇਟ 'ਚ ਬੜੀ ਦਰਦ ਹੈ ਅਤੇ ਮੈਂ ਜਾ ਕੇ ਉੱਥੇ ਖਲੋਵਾਂਗਾ ਅਤੇ ਵੇਖਾਂਗਾ ਭਲਾ, ਦੱਸਦੇ ਨੇ ਕਿ ਬਾਈ ਸੱਜਣਾ ਤੇਰੇ ਪੇਟ 'ਚ ਦਰਦ ਹੈ। ਅਤੇ ਤੀਜੇ ਨੇ ਸੋਚਿਆ ਬਾਈ ਤੁਸੀਂ ਜੋ ਮਰਜ਼ੀ ਕਹੋ, ਮੈਨੂੰ ਤਾਂ ਹਲਵਾ ਖਾਣ ਦੀ ਤਲਬ ਹੈ, ਮੈਂ ਤਾਂ ਹਲਵੇ ਵਾਲੂ ਕਹਿਣਾ ਜੇ ਲੱਭ ਗਿਆ ਤੇ। ਹਜ਼ਰਤ ਨੇ ਵਕਾਰ ਮੇਰੇ ਆਕਾ ਕਰੀਮ ਸੱਲੱਲਾਹੁ ਸਲਮ ਦੇ ਦੀਵਾਨੇ ਹੋ, ਹਜ਼ਰਤ ਜਦੋਂ ਤਿੰਨੇ ਯਾਰ ਦਾਤਾ ਸਾਹਿਬ ਤੇ ਦਾਤਾ ਸਾਹਿਬ ਦੇ ਦੋ ਦੋਸਤ ਹਜ਼ਰਤ ਚਲਦਿਆਂ ਰਮਲਾ ਗਾਉਂ ਦੇ ਅੰਦਰ ਆ ਗਏ। ਹਜ਼ਰਤ ਨੇ ਵਕਾਰ ਜਦੋਂ ਉਸ ਪਿੰਡ ਦੇ ਅੰਦਰ ਪਹੁੰਚੇ ਤੇ ਵੇਖ ਕੇ ਹੈਰਾਨ ਰਹਿ ਗਏ, ਜਿਸ ਵਲੀ ਦੇ ਕੋਲ ਆਏ ਨੇ ਉਹ ਵਲੀ ਅੱਗੇ ਇਸਤਕਬਾਲ ਵਾਸਤੇ ਖੜੇ ਨੇ, ਉਹ ਵਲੀ ਇਸਤਕਬਾਲ ਵਾਸਤੇ ਖੜੇ ਨੇ। ਹਜ਼ਰਤ ਦਾਤਾ ਸਾਹਿਬ ਕੋਲ ਗਏ, ਚੱਕ ਕੇ ਸਲਾਮ ਪੇਸ਼ ਕੀਤਾ, ਆਪ ਦੇ ਦੋ ਯਾਰਾਂ ਨੇ ਸਲਾਮ ਪੇਸ਼ ਕੀਤਾ। ਹਜ਼ਰਤ ਜੀ ਵਕਾਰ ਦਾਤਾ ਸਾਹਿਬ ਨੂੰ ਅੱਲਾ ਦੇ ਵਲੀ ਫਰਮਾਨ ਲਗੇ, ਕਹਿਣ ਲੱਗੇ ਅਲੀ ਹਜਵੇਰੀ ਓ ਸਜਣਾ, ਜੋ ਦਿਲ ਵਿੱਚ ਸੋਚ ਕੇ ਆਇਆ ਵੇ ਇੱਥੇ ਹੀ ਦੱਸਦਾ, ਜਾਂ ਕੁਝ ਖਾ ਪੀ ਕੇ ਦੱਸਿਆਗਾ। ਰਾਤ ਦੀ ਵਕਾਰ ਜਦੋਂ ਇੰਨੀਆਂ ਗੱਲਾਂ ਕੀਤੀਆਂ, ਦਾਤਾ ਸਾਹਿਬ ਰਹਿਮਤੁੱਲਾ ਤਾਲਾ ਲੈ ਮੁਸਕੁਰਾ ਪਏ ਤੇ ਦਾਤਾ ਸਾਹਿਬ ਮੁਸਕੁਰਾ ਕੇ ਫਰਮਾਨ ਲੱਗੇ, ਹਜ਼ੂਰ
ਹਜ਼ੂਰ ਸਾਨੂੰ ਇੱਥੇ ਹੀ ਦੱਸ ਦੋ। ਹਜ਼ਰਤ ਅੱਲਾ ਦੇ ਵਲੀ ਕਹਿਣ ਲੱਗੇ, ਅਲੀ ਹਜਵੇਰੀ ਤੂੰ ਜਿੱਦੂ ਚੱਲਣ ਲਗਾ ਸੈ ਦਿਲ ਵਿੱਚ ਸੋਚਿਆ ਸੀ ਮੈਨੂੰ ਸ਼ੇਰ ਨਹੀਂ ਆਉਂਦੇ, ਮੈਂ ਜਾ ਕੇ ਸ਼ੇਰ ਪੁੱਛਾਂਗਾ। ਅਲੀ ਹਜਵੇਰੀ ਸੁਣ ਲੈ, ਜਦੋਂ ਤੂੰ ਦਿਲ ਵਿੱਚ ਸੋਚਿਆ ਸੀ ਅਸੀਂ ਉਦੋਂ ਹੀ ਲਿਖਣਾ ਸ਼ੁਰੂ ਕਰ ਦਿੱਤੇ ਸਨ, ਜਾਂਦਿਆਂ ਤੈਨੂੰ ਦੇ ਦਵਾਂਗੇ। ਹਜ਼ਰਤ ਦਾਤਾ ਸਾਹਿਬ ਕਹਿੰਦੇ ਨੇ ਮੇਰੇ ਦਿਲ ਦੀ ਆਸ ਪੂਰੀ ਹੋ ਗਈ, ਦੂਜੇ ਯਾਰ ਵੱਲ ਤਵੱਜੋ ਕੀਤੀ, ਉਹਦੇ ਵੱਲ ਨੂੰ ਮੂੰਹ ਕਰਕੇ ਕਹਿੰਦੇ ਨੇ ਉਹ ਬੇਲੀਆ ਤੂੰ ਕੀ ਸੋਚਿਆ ਸੀ ਮੇਰੇ ਪੇਟ ਅੰਦਰ ਦਰਦ। ਕਹਿੰਦਾ ਜੀ ਹਜ਼ੂਰ ਮੈਂ ਤੇ ਇਹੀ ਸੋਚਿਆ ਸੀ। ਫਰਮਾਇਆ ਉਰਾ ਕਰ ਪੇਟ, ਉਰਾ ਮੇਰੇ ਨੇੜੇ ਆ ਜਾ। ਹਜ਼ਰਤ ਇੰਜ ਕਰਕੇ ਉਹਦੇ ਪੇਟ ਤੇ ਹੱਥ ਫੇਰਿਆ, ਰੱਬੇ ਕਾਬਾ ਦੀ ਕਸਮ ਏ ਇਧਰ ਹੱਥ ਫਿਰਦਾ ਜਾ ਰਿਹਾ ਵੇ ਉਧਰ ਦਰਦ ਮੁੱਕਦੀ ਜਾ ਰਹੀ ਏ। ਤੀਜੇ ਵੱਲ ਤਵੱਜੋ ਕੀਤੀ, ਆਂਦਣੇ ਬੇਲੀਆ ਤੂੰ ਕੀ ਆਖਿਆ ਸੀ ਮੈਂ ਹਲਵਾ ਖਾਣਾ ਏ। ਉਹ ਬੇਲੀਆ ਗੱਲ ਯਾਦ ਰੱਖ ਲੈ, ਯਾ ਤੇ ਸੂਫੀਆਂ ਵਾਲਾ ਲਿਬਾਸ ਲਾ ਦੇ ਜਾਂ ਚੌਧਰੀਆਂ ਵਾਲਾ ਸ਼ੌਕ ਮੁਕਾ। ਉਹ ਸੱਜਣਾ ਇਆਂ ਸੂਫੀਆਂ ਵਾਲਾ ਲਿਬਾਸ ਲਾ ਦੇ ਤੇ ਇਆਂ ਚੌਰੀਆਂ ਵਾਲੇ ਸ਼ੋਕ ਮੁਕਾ ਲੈ। ਉਹ ਜਦੋਂ ਅੱਲਾ ਦੇ ਬਲੀਆਂ ਕੋਲ ਆਈ ਹਲਵੇ ਨਹੀਂ ਮੰਗੀ ਦੇ ਫਿਰ ਕੁਝ ਮੰਗੀ ਦਾ ਦਿਲ ਸਾਫ ਹੋਈਏ। ਸੁਲਤਾਨੇ ਬਾਹੂ ਫਰਮਾਉਂਦੇ ਨੇ ਦਿਲ ਦਰਿਆ 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 ਸਮੁੰਦਰੋਂ ਡੂੰਘੇ ਤੇ ਕੌਣ ਦਿਲਾਂ ਦੀਆਂ ਜਾਣੇ ਹੋ ਵਿੱਚ ਹੀ ਜੜੇ ਤੇ ਵਿੱਚ ਹੀ ਬੈੜੇ ਤੇ ਵਿੱਚ ਹੀ ਵੰਜ ਮੁਹਾਣੇ ਚੌਦਾਂ ਤਬਕ ਇਹ ਦਿਲੇ ਦੇ ਅੰਦਰ ਤੇ ਰੱਬ ਤੰਬੂ ਆਂਗਣ ਤਾਣੇ ਹੋ ਮੈਂ ਕੁਰਬਾਨ ਮੈਂ ਕੁਰਬਾਨ ਜਿਨਾ ਜੀਓ ਮੇਰਾ ਕਾਬਿਲ ਬਾਹੋ ਤੇ ਜਿਹੜਾ ਦਿਲ ਦੀ ਰਮਜ਼ ਪਛਾਣੇ ਹੋ। ਮੈਂ ਕੁਰਬਾਨ ਜਿਨਾ ਸੀ ਬਾਹੂ ਉਹ ਜਿਹੜਾ ਦਿਲ ਦੀ ਰਮਜ਼ ਪਛਾਣੇ। ਤੁਸੀਂ ਕੀ ਕਹਿੰਦੇ ਹੋ ਬਲੀਆਂ ਨੂੰ ਪਤਾ ਨਹੀਂ ਲੱਗਦਾ? ਹਾਏ 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 ਹਜ਼ਰਤ ਵਕਤ ਅਲ ਮੇਰੀ ਨਜ਼ਰ ਏ, ਵਕਤ ਬੜਾ ਥੋੜਾ ਤੇ ਗੱਲਾਂ ਬੜੀਆਂ ਬਹੁਤੀਆਂ ਨੇ। ਮੈਂ ਜਲਦੀ ਜਲਦੀ ਦਾਤਾ ਸਾਹਿਬ ਦੀ ਸ਼ਾਨ ਬਿਆਨ ਕਰਨੀ ਆ।
ਦਾਤਾ ਹਜ਼ੂਰ ਆ ਗਏ ਲਾਹੌਰ, ਜਿੱਥੇ ਇਸ ਟਾਈਮ ਦਾਤਾ ਹਜ਼ੂਰ ਦਾ ਮਜ਼ਾਰ ਹੈ, ਪੁਰਨਵਾਰ ਹੈ ਨਾ, ਇੱਥੇ ਦਰਿਆ ਸੀ। ਦਰਿਆ ਦੇ ਕਿਨਾਰੇ ਅੱਲਾ ਦੇ ਵਲੀ ਨੇ ਡੇਰਾ ਲਾ ਲਿਆ। ਹੁਣ ਡੇਰਾ ਲਾ ਲਿਆ, ਹੋਵੇ ਸੈਯਦ, ਉਹ ਬੋਲ ਛੱਡੋ ਸ਼ਹੀਦੋ, ਹੋਵੇ ਸੈਯਦ ਤੇ ਹੋਵੇ ਹਸਣੀ ਤੇ ਚਿਹਰੇ ਤੇ ਨੂਰ ਨਹੀਂ ਹੋਏਗਾ। ਆਏ ਹਾਏ ਹਾਏ, ਹੁਣ ਜਿਹੜਾ ਆਉਂਦਾ ਉਹਦੇ ਵੱਲ ਵਹਿੰਦੇ ਨੇ, ਨਿਗਾਹ ਮਾਰਦੇ ਨੇ, ਉਹ ਅੱਲਾ ਅੱਲਾ ਕਰਦਾ ਬਹਿ ਜਾਂਦਾ, ਆਂਦਾ ਕਲਮਾ ਤੇ ਪੜ੍ਹਾ ਦਿਓ। ਗਵਰਨਰ ਦਾ ਰਾਜ ਸੀ, ਹਿੰਦੂ ਬਾਦਸ਼ਾਹ ਗਵਰਨਰ ਦਾ ਰਾਜ ਸੀ। ਉਹਨੂੰ ਪਤਾ ਲੱਗਾ ਕਿ ਲੋਕ ਬਾਬਾ ਇੱਕ ਆ ਕੇ ਬੈਠਾ, ਉਹ ਜਿਹੜਾ ਆਉਂਦਾ ਮੁਸਲਮਾਨ ਹੋਈ ਜਾਂਦਾ। ਉਹਨੇ ਆਪਣੇ ਦੋ ਸਿਪਾਹੀਆਂ ਦੀ ਡਿਊਟੀ ਲਾ ਦਿੱਤੀ। ਉਹਨੇ ਕਿਹਾ ਜਾਓ ਬਾਬੇ ਨੂੰ ਕੁਝ, ਜਿੱਧਰੋਂ ਆਇਆ ਉੱਥੇ ਤੁਰ ਜਾ, ਜਿੱਥੋਂ ਆਇਆ ਉੱਥੇ ਹੀ ਤੁਰ ਜਾ। ਹੁਣ ਦੋ ਸਿਪਾਹੀ ਆਇਆ, ਕਹਿਣ ਲੱਗੇ ਬਾਬਾ ਸਾਡੇ ਗਵਰਨਰ ਦਾ ਹੁਕਮ ਹੈ, ਜਿੱਥੋਂ ਆਇਆ ਉੱਥੇ ਹੀ ਚਲਾ ਜਾ। ਦਾਤਾ ਸਾਹਿਬ ਮੁਸਕੁਰਾ ਕੇ ਫਰਮਾਉਣ ਲੱਗੇ, ਚੱਲੇ ਹੋ ਗਏ ਹੋ, ਮੈਂ ਕੋਈ ਆਪ ਥੋੜ੍ਹੀ ਆਇਆ, ਸਾਈਆਂ ਡਿਊਟੀ ਲਾਈ ਹੈ, ਇਹ ਸਾਈਆਂ ਨੇ ਡਿਊਟੀ ਲਾ ਦਿੱਤੀ ਹੈ। ਉਹ ਦੋਵੇਂ ਸਿਪਾਹੀ ਗਏ, ਜਾ ਕੇ ਆਉਣ ਲੱਗੇ, ਗਵਰਨਰ ਸਾਹਿਬ ਉਹ ਕਿਹਦੇ ਨਾਲ ਮੱਥਾ ਲਾ ਲਿਆ ਜੇ, ਉਹ ਬਾਬਾ ਤਾਂ ਡਰਦਾ ਹੀ ਨਹੀਂ। ਉਹ ਬਾਬਾ ਆਂਦਾ ਮੈਂ ਆਪ ਨਹੀਂ ਆਇਆ, ਮੈਂ ਘੱਲਿਆ ਗਿਆ, ਮੇਰੀ ਸਾਈਆਂ ਡਿਊਟੀ ਲਾਈ ਹੈ। ਗਵਰਨਰ ਕਹਿਣ ਲੱਗਾ ਕੋਈ ਗੱਲ ਨਹੀਂ, ਸਾਡੇ ਕੋਲ ਵੀ ਬੜੇ ਗੁਰ ਨੇ, ਰਾਤ ਪੈਂਦੀ ਹੈ ਤਾਂ ਲੈ ਜਾਓ, ਚਲੇ ਜਾਓ, ਦੋ ਚਾਰ ਬੰਦੇ ਜਾ ਕੇ ਬਾਬੇ ਦੀ ਕੁੱਲੀ ਨੂੰ ਅੱਗ ਲਾ ਦਿਓ, ਆਪੇ ਨੱਸ ਜਾਏਗਾ, ਹੈ ਤਾਂ ਇਕੱਲਾ ਹੀ ਹੈਣਾ। ਪਰ ਉਹਨੂੰ ਕੀ ਪਤਾ ਸੀ, ਉਹਦਾ ਨਾਂ ਅਲੀ ਹਜਵੇਰੀ ਹੈ। ਹਜ਼ਰਾਤ ਜੀ ਮੈਂ ਕਰ ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਦੀਵਾਨੇ ਹੋ। ਹਜ਼ਰਾਤ ਜਦੋਂ ਰਾਤ ਪੈ ਗਈ, ਹਜ਼ਰਾਤ ਨੀ ਵਕਾਰ ਸਿਪਾਹੀ ਚਲਦਿਆਂ 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 ਦਾਦਾ ਸਾਹਿਬ ਦੇ ਕੋਲ ਆ ਗਏ, ਜਿੱਥੇ ਦਾਦਾ ਸਾਹਿਬ ਨੇ ਕੁੱਲੀ ਪਾਈ ਹੋਈ ਹੈ। ਹਜ਼ਰਾਤ ਉੱਥੇ ਆ ਗਏ, ਉਸ ਵੇਲੇ ਲੈਟਰ ਤੇ ਹੁੰਦੇ ਕੋਈ ਨਹੀਂ ਸਨ, ਮਾਚਸ ਹੁੰਦੀ ਕੋਈ ਨਹੀਂ ਸੀ, ਪੱਥਰਾਂ ਨਾਲ ਅੱਗ ਨਿਕਲਦੀ ਸੀ। ਹਜ਼ਰਾਤ ਸਿਪਾਹੀਆਂ ਨੇ ਪੱਥਰ ਫੜ ਲਏ, ਪੱਥਰ ਰਗੜਨਾ ਸ਼ੁਰੂ ਕੀਤੇ। ਹਜ਼ਰਾਤ ਪੱਥਰ ਰਗੜੀ ਜਾਂਦੇ ਨੇ ਪਰ ਅੱਗ ਨਹੀਂ ਆਉਂਦੀ, ਪੱਥਰ ਰਗੜੀ ਜਾਂਦੇ ਨੇ। ਹਜ਼ਰਾਤ ਇੱਧਰ ਪੱਥਰ ਪੇ ਰਗੜਦੇ ਨੇ, ਇੱਧਰ ਦਾਤਾ ਸਾਹਿਬ ਕੁੱਲੀ ਚ ਬਹਿ ਕੇ ਕਰ ਰਹੇ ਨੇ ਅੱਲਾ 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 ਅੱਲਾ। ਹੋ ਦੀ ਆਵਾਜ਼ ਆਈ ਕੁੱਲੀ ਏ ਫਕੀਰ ਵਿੱਚੋਂ, ਅੱਲਾ ਹੋ ਦੀ ਆਵਾਜ਼ ਆਈ ਕੁੱਲੀ ਏ ਫਕੀਰ ਵਿੱਚੋਂ, ਅੱਲਾਹੋ ਦੀ ਆਵਾਜ਼ ਆਈ ਕੁੱਲੀ ਏ ਫਕੀਰ ਵਿੱਚੋਂ। ਹਜ਼ਰਾਤ ਜੀ ਮੈਂ ਘਰ ਪੱਥਰ ਰਗੜ ਦੇਣੇ, ਅੱਗ ਨਹੀਂ ਨਿਕਲਦੀ। ਹਜ਼ਰਾਤ ਜਦੋਂ ਕੁਛ ਦੇਰ ਉੱਥੇ ਲੱਗੇ ਰਹੇ, ਅੱਗ ਨਹੀਂ ਨਿਕਲਦੀ। ਦਾਤਾ ਸਾਹਿਬ ਦੀ ਕੁੱਲੀ ਕੋਲ ਗਏ, ਜਾ ਕੇ ਕਹਿਣ ਲੱਗੇ ਬਾਬਾ ਤੂੰ ਕਿਹੋ ਜਿਹਾ ਬਾਬਾ ਏ, ਸਾਨੂੰ ਦੋ ਘੰਟੇ ਹੋ ਗਏ ਨੇ ਪੱਥਰ ਨਾਲ ਪੱਥਰ ਰਗੜਨੇ ਆ, ਅੱਗ ਨਹੀਂ ਨਿਕਲਦੀ। ਦਾਤਾ ਸਾਹਿਬ ਮੁਸਕੁਰਾ ਪਏ, ਮੁਸਕੁਰਾ ਕੇ ਫਰਮਾਉਂਦੇ ਨੇ ਚੱਲਿਓ, ਉਹ ਇੱਥੇ ਨਹੀਂ ਜੇ ਲੱਗਣੀ, ਪਰ ਜਿੰਨੇ ਤੁਹਾਨੂੰ ਕੱਲਿਆ ਵੇ ਜਾਓ ਪਤਾ ਕਰ ਲਓ ਉੱਥੇ ਲੱਗ ਗਈ ਜਾਓ।
ਪਤਾ ਕਰ ਲੋ ਉੱਥੇ ਲੱਗ ਗਈ ਜੇ ਅਧਰਾਤ ਸਿਪਾਹੀਆਂ ਦੀਆਂ ਦੌੜਾਂ ਲੱਗ ਗਈਆਂ ਦੌੜਦੇ ਦੌੜਦੇ ਆ ਗਏ ਜਦੋਂ ਗਵਰਨਰ ਉਸ ਵੱਲ ਵੇਖਿਆ ਅੱਗ ਲੱਗੀ ਹੋਈ ਏ ਲੋਕੀ ਆ ਰਹੇ ਨੇ ਪਾਣੀ ਸੁੱਟ ਰਹੇ ਨੇ ਅੱਗ ਬੁਝਾ ਰਹੇ ਨੇ ਪਰ ਅੱਗ ਨਹੀਂ ਬੁਝਦੀ ਦੋਵੇਂ ਦੌੜਦੇ ਦੌੜਦੇ ਗਏ ਕਹਿਣ ਲੱਗੇ ਗਵਰਨਰ ਅਸੀਂ ਤੈਨੂੰ ਆਖਿਆ ਸੀ ਬਾਬੇ ਨਾਲ ਮੱਥਾ ਨਾ ਲਾਵੀ ਬਾਬਾ ਆਂਦਾ ਇੱਥੇ ਨਹੀਂ ਲੱਗਣੀ ਜਿੰਨੇ ਘੱਲਿਆ ਜੇ ਉੱਥੇ ਲੱਗ ਗਈ ਜੇ ਅੱਜ ਰਾਤ ਗਵਰਨਰ ਨੇ ਦੌੜਾਂ ਲਾ ਦਿੱਤੀਆਂ ਜੁੱਤੀ ਵੀ ਨਹੀਂ ਪਾਈ ਦੌੜਦਾ ਦੌੜਦਾ ਦਾਦਾ ਸਾਹਿਬ ਖੁਲਾਇਆ ਕਦਮਾਂ 'ਚ ਡਿੱਗਿਆ ਆਂਦਾ ਸੋਹਣਿਆ ਕਲਮਾ ਪੜਾ ਦੇ ਮੁਸਲਮਾਨ ਬਣਾ ਦੇ ਆਪਣਾ ਗੁਲਾਮ ਬਣਾ ਲੈ ਮੈਨੂੰ ਮਾਫੀ ਦੇ ਦੇ ਦਾਤਾ ਸਾਹਿਬ ਨੇ ਕਲਮਾ ਫੜਾਇਆ ਮੁਸਲਮਾਨ ਬਣਾਇਆ ਆਪਣਾ ਬੈਤ ਕੀਤਾ ਮੁਰੀਦ ਕਰ ਲਿਆ ਆਂਦਾ ਹਜ਼ੂਰ ਕੀ ਹੁਕਮ ਏ ਫਰਮਾਇਆ ਜਾ ਚਲਾ ਜਾ ਤੂੰ ਅੱਗ ਲਾਣ ਆਇਆ ਸੈ ਅਲੀ ਹਜਵੇਰੀ ਐਲਾਨ ਪਿਆ ਕਰਦਾ ਈ ਜਾ ਦੁਨੀਆ ਦੀ ਅੱਗ ਤੂੰ ਵੀ ਆਜ਼ਾਦ ਏ ਜਹਨਮ ਦੀ ਅੱਗ ਤੂੰ ਵੀ ਆਜ਼ਾਦ ਜਾ ਦੁਨੀਆ ਦੀ ਅੱਗ ਤੋਂ ਵੀ ਆਜ਼ਾਦ ਏ ਜਨਮ ਦੀ ਅੱਗ ਤੋਂ ਵੀ ਆਜ਼ਾਦ ਏ ਹੁਣ ਉਹ ਬੰਦਾ ਨਾ ਦਿਨੇ ਗਵਰਨਰੀ ਪਾਸੇ ਜਾਂਦਾ ਨਾ ਰਾਤੀ ਹੁਣ ਮੁੱਖ ਵੇਖ ਲਿਆ ਯਾਰ ਦਾ ਹੈ ਜਿਹਦੇ 'ਤੇ ਜ਼ਰਬ ਅੱਲਾ ਵਾਲਾ ਲਾ ਦੇਵੇ ਅੱਲਾ ਹੂ ਕਰਕੇ ਫਿਰ ਉਹ ਕਿੱਥੋਂ ਦਾ ਰਹਿ ਗਿਆ ਆਏ ਹਾਏ ਹਾਏ ਅੱਜ ਵੀ ਕਿਤਾਬਾਂ ਅੰਦਰ ਪੜ੍ਹਿਆ ਕੁਛ ਗਵਰਨਰ ਦੀ ਕਬਰ ਉੱਥੇ ਹੀ ਨਾਲ ਏ ਤੋ ਦੇਣੇ ਦਾਂਦੀ ਸਰਕਾਰ ਦਾ ਹੀ ਬਸ ਚਿਹਰਾ ਵੇਖੀ ਜਾਂਦਾ ਸੀ ਸੁਲਤਾਨੇ ਬਾਹੂ ਫਰਮਾਨ ਨੇ ਤਨ ਮੇਰਾ ਏ ਤਨ ਮੇਰਾ 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 ਤਨ ਮੇਰਾ ਜਿਵੇਂ ਚਸ਼ਮਾ ਹੋਵੇ ਤੇ ਮੈਂ ਮੁਰਸ਼ਦ ਵੇਖ ਨਾ ਰਜਾ ਲੂ ਲੂ ਦੇ ਮੁੰਡੇ ਲੱਖ ਲੱਖ ਚਸ਼ਮਾ ਇੱਕ ਖੋਲ ਤੇ ਇੱਕ ਕੱਜਾ